ਬਾਏ ਕਰੋ ਦਾਦੂ, ਚਲੋ ਗੋ ਖਾ ਪਾਓ। ਬਾਏ ਆਪਾਂ ਸੋਰੀ ਸੋਰੀ ਇੰਦਰਾ ਜਾ ਸੋਰੀ, ਤੁਸੀਂ ਵੇਖ ਹੀ ਲਿਆਉਣਾ। ਅੱਜ ਅਸੀਂ ਜਾ ਰਹੇ ਹਾਂ ਜੀ ਵਾਪਿਸ ਘਰ ਮੋਹਾਲੀ। ਸੋ ਬੱਚੇ ਆਪਣੇ ਬਾਪੂ ਜੀ ਨੂੰ ਦਾਦੂ ਨੂੰ ਮਿਲ ਰਹੇ ਨੇ ਅਤੇ ਆ ਗਈ ਨਿਆਮਤ ਮਿਲਣ ਵਾਸਤੇ। ਮੇਰੇ ਦੋਨਾਂ ਬੱਚਿਆਂ ਦਾ ਆਪਣੇ ਦਾਦੂ ਦਾਦੀ ਬਾਪੂ ਜੀ ਤਾਈ ਤਾਏ ਸਭ ਨਾਲ ਇੰਨਾ ਪਿਆਰ ਹੈ ਨਾ, ਮਤਲਬ ਜਿੱਦਾਂ ਜਦੋਂ ਇਮਰੋਜ਼ ਨੂੰ ਤੁਸੀਂ ਪੁੱਛਦੇ ਨੇ ਇਮਰੋਜ਼ ਤੂੰ ਕਿਹਨੂੰ ਜ਼ਿਆਦਾ ਪਿਆਰ ਕਰਦੇ ਹੋ, ਕਦੀ ਵੀ ਇਹ ਨਹੀਂ ਕਹਿੰਦਾ ਮੈਂ ਆਪਣੇ ਮੰਮਾ ਪਾਪਾ, ਉਹ ਸਾਰਿਆਂ ਦਾ ਨਾਮ ਬਰਾਬਰ ਹੀ ਲੈਂਦਾ ਆ। ਅਤੇ ਆਹ ਵੇਖੋ ਤੁਸੀਂ ਗੱਡੀ 'ਚ ਭਾਈ ਸਾਹਿਬ ਨੇ ਆਪਣਾ ਸੰਘਾਸਨ ਤਿਆਰ ਕਰ ਲਿਆ ਵਾ, ਨਿਆਮਤ ਮੈਡਮ ਵੀ ਰੈਡੀ ਹੈ, ਇਮਰੋਜ਼ ਨੇ ਇੱਦਾਂ ਬੈਗਾਂ ਦੇ ਉੱਤੇ ਬਹਿ ਕੇ ਜਾਣਾ ਵਾ। ਸੋ ਬਸ ਘਰੋਂ ਅਸੀਂ ਨਿਕਲ ਗਏ ਹਾਂ ਜੀ, ਗੱਡੀ ਸਾਡੀ ਤਿਆਰ ਹੈ ਅਤੇ ਆਪਾਂ ਜਾ ਰਹੇ ਹਾਂ ਅੱਜ ਘਰ ਵਾਪਸ ਮੋਹਾਲੀ। ਕਾਫੀ ਦਿਨ ਰਹੇ ਆਏ ਹਾਂ। ਚੱਲ ਹਾਂ ਜੂੜੀ, ਕਿੱਥੇ ਜਾਣ ਡਈ ਮਰੋਜ਼ ਤੇਰੀ, ਸਿੱਧੀ ਕਰ। ਗਏ ਤੇ ਅਸੀਂ ਆਪਰੇਸ਼ਨ ਕਰਾਉਣ ਸੀ ਪਰ ਉਹ ਅਜੇ ਹੋਇਆ ਨਹੀਂ ਗਾ ਕਿਉਂਕਿ ਮੇਰੀ ਦਵਾਈ ਚੱਲ ਰਹੀ ਇਨਫੈਕਸ਼ਨ ਵਗੈਰਾ ਦੀ, ਅਤੇ ਹੁਣ ਆਪਰੇਸ਼ਨ ਲਈ ਸਾਨੂੰ ਦੁਬਾਰਾ ਆਉਣਾ ਪੈਣਾ। 10 ਦਿਨ ਅਸੀਂ ਲਾ ਕੇ ਆਵਾਂਗੇ ਮੋਹਾਲੀ। ਮੈਨੂੰ 1-2 ਕੰਮ ਨੇ, ਕੰਮ ਕੀ ਨੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਣਗੇ। ਸੋ ਇਸ ਕਰਕੇ ਅਸੀਂ ਸਪੈਸ਼ਲ ਆ ਰਹੇ ਹਾਂ ਵਾਪਸ ਮੋਹਾਲੀ। ਅਤੇ ਰਸਤੇ 'ਚ ਸਾਡਾ ਪਹਿਲਾ ਸਟੋਪ ਸੀਗਾ KFC। ਕਵਲ ਨੂੰ ਭੁੱਖ ਲੱਗੀ ਸੀ, ਕਵਲ ਰੋਟੀ ਨਹੀਂ ਸੀ ਖਾ ਕੇ ਆਏ, ਸੋ ਇਹਨਾਂ ਨੇ ਖਾਧਾ KFC। ਉਸ ਤੋਂ ਬਾਅਦ ਅਸੀਂ ਰੁਕੇ ਜਲੰਧਰ ਆਪਣਾ ਹਵੇਲੀ ਬੱਚਿਆਂ ਕਰਕੇ ਸਾਨੂੰ ਬਾਰ ਬਾਰ ਰੁਕਣਾ ਪੈਂਦਾ। LPU ਦਾ ਯੂ ਤਾਂ ਤੁਸੀਂ ਵੇਖ ਲਿਆ। ਸੋ ਇਸ ਤਰ੍ਹਾਂ ਬੱਚਿਆਂ ਦੀ ਮਸਤੀ ਪਿੱਛੇ ਚਾਲੂ ਸੀਗੀ ਅਤੇ ਬੱਚਿਆਂ ਕਰਕੇ ਅਸੀਂ ਥੋੜ੍ਹਾ ਰੁਕ ਰੁਕ ਕੇ ਆਰਾਮ ਨਾਲ ਸਲੋਲੀ ਸਲੋਲੀ ਜਾਂਦੇ ਹਾਂ ਤਾਂ ਕਿ ਬੱਚੇ ਥੱਕਣ ਨਾ, ਕੰਫਰਟੇਬਲ ਰਹਿਣ। ਉਸ ਤੋਂ ਬਾਅਦ ਰਸਤੇ 'ਚ ਚਾਹ ਪੀਣ ਲਈ ਅਸੀਂ ਰੁਕੇ ਰਾਮਸੰਸ ਦੇ, ਉੱਥੇ ਹੁਸ਼ਿਆਰਪੁਰ ਦੇ ਢਾਬੇ ਲੱਗ ਗਿਆ। ਉੱਥੋਂ ਅੱਗੇ ਸੋਚਿਆ ਟਰਾਈ ਕਰੀਏ ਅਸੀਂ ਹੁਸ਼ਿਆਰਪੁਰ ਦੇ ਢਾਬੇ ਚਾਹ ਪੀਂਦੇ ਹੁੰਦੇ। ਸ਼ੁਕਰਾਨਾ ਕਰਾਂ ਮੈਂ ਤੁਹਾਡੇ ਸਾਰਿਆਂ ਦਾ, ਇੰਨਾ ਪਿਆਰ ਦਿੰਦੇ ਹੋ ਜਦੋਂ ਤੁਸੀਂ ਮਿਲਦੇ ਹੋ, ਇੰਨਾ ਜ਼ਿਆਦਾ ਪਿਆਰ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਮਤਲਬ ਦਿਹਾੜੀ 'ਚ ਕਈ ਵਾਰ ਕਈ ਜਾਣੇ ਮਿਲ ਜਾਂਦੇ ਨੇ ਅਤੇ ਇੰਨਾ ਜ਼ਿਆਦਾ ਖੁਸ਼ੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਮਤਲਬ ਥੈਂਕ ਯੂ ਇੰਨਾ ਸਾਰਾ ਪਿਆਰ ਦੇਣ ਲਈ। ਸੋ ਬਹੁਤ ਪਿਆਰੇ ਸਬਸਕ੍ਰਾਈਬਰ ਸੀਗੇ ਜਿਹੜੇ ਮੇਰੇ ਮਿਲੇ, ਵਲੋਗਸ ਵੀ ਦੇਖਦੇ ਸੀਗੇ। ਸੋ ਫੋਲੋ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ, ਤੁਹਾਡੇ ਸਪੋਰਟ ਦੀ ਲੋੜ ਤਾਂ ਮੈਨੂੰ ਹਮੇਸ਼ਾ ਹੀ ਰਹਿਣੀ ਹੈ। ਸੋ ਮੈਂ ਪੀ ਰਹੀ ਹਾਂ ਆਪਣੀ ਕੌਫੀ ਅਤੇ ਨਿਆਮਤ ਖਾ ਰਹੀ ਹੈ ਕੈਂਡੀ, ਅਤੇ ਵੈਸੇ ਨਿਆਮਤ ਘੱਟ ਹੀ ਕੈਂਡੀਆਂ ਖਾਂਦੀ ਹੈ ਪਰ ਸ਼ੌਕੀਨ ਬਹੁਤ ਹੈ, ਇਹਨੂੰ ਮਿਲਦੀਆਂ ਘੱਟ ਨੇ, ਮੈਂ ਜ਼ਿਆਦਾ ਲੈ ਕੇ ਨਹੀਂ ਦਿੰਦੀ। ਨਿਆਮਤ ਕੈਂਡੀਆਂ ਦੀ ਬਹੁਤ ਸ਼ੌਕੀਨ ਹੈ, ਇਮਰੋਜ਼ ਖਾਣ ਪੀਣ ਦਾ, ਦੂਜੀਆਂ ਚੀਜ਼ਾਂ ਦਾ ਸ਼ੌਕੀਨ ਹੈ, ਨਮਕੀਨ ਦਾ, ਨਿਆਮਤ ਮਿੱਠੇ ਦੀ ਸ਼ੌਕੀਨ ਹੈ। ਉਸ ਤੋਂ ਬਾਅਦ ਜੀ ਆ ਗਿਆ ਖਰੜ ਵਾਲਾ ਪੁੱਲ, ਬਸ ਅਸੀਂ ਪਹੁੰਚਣ ਹੀ ਵਾਲੇ ਹਾਂ ਚੰਡੀਗੜ੍ਹ। ਕਾਫੀ ਲੇਟ ਹੋ ਗਏ ਸੀਗੇ, ਕਾਫੀ ਲੇਟ ਤੁਰੇ ਸੀ ਕਿਉਂਕਿ ਗਰਮੀ ਕਰਕੇ, ਫਿਰ ਚੇਤਾ ਆਇਆ ਵੀ ਅੱਜ ਤਾਂ ਸੰਡੇ ਆ ਅਤੇ ਸੰਡੇ ਸਬਜ਼ੀ ਮੰਡੀ ਲੱਗਦੀ ਹੈ, ਸਬਜ਼ੀਆਂ ਸਾਰੀਆਂ ਖਤਮ ਸੀ। ਅਸੀਂ ਪਹੁੰਚ ਗਏ ਸਿੱਧਾ ਹੀ ਸਬਜ਼ੀ ਮੰਡੀ, ਇੱਥੇ ਮੈਨੂੰ ਇੱਕ ਬੜੇ ਪਿਆਰੇ ਸਬਸਕ੍ਰਾਈਬਰ ਮਿਲੇ ਪਰ ਮੈਂ ਵੀਡੀਓ ਨਹੀਂ ਬਣਾ ਪਾਈ। ਸੋ ਬਸ ਫਿਰ ਸਬਜ਼ੀਆਂ ਲਈਆਂ ਘਰ ਵਾਸਤੇ, ਬਸ ਜਲਦੀ ਗਿਆ ਗੂਗਲ ਪੇ, ਕੁਛ 2-3 ਸਬਜ਼ੀਆਂ ਹਫ਼ਤੇ ਦੀਆਂ ਲੈ ਲਈਆਂ। ਇੱਥੋਂ ਕਾਫੀ ਸਸਤੀਆਂ ਸਬਜ਼ੀਆਂ ਮਿਲਦੀਆਂ ਨੇ, ਕਾਫੀ ਵਧੀਆ ਫਰੂਟ ਮਿਲ ਜਾਂਦੇ ਨੇ, ਉੱਦਾਂ ਕਾਫੀ ਮਹਿੰਗੇ ਪੈ ਜਾਂਦੇ ਯਾਰ ਮੋਹਾਲੀ 'ਚ। ਸੋ ਇਸ ਤੋਂ ਬਾਅਦ ਵੇਰਕੇ ਤੋਂ ਲਿਆ ਆਪਾਂ ਦੁੱਧ, ਰਾਤ ਵਾਸਤੇ ਮੈਂ ਥੋੜ੍ਹੀ ਜਿਹੀ ਰੋਟੀ ਵੀ ਲਈ ਬੱਚਿਆਂ ਲਈ, ਅਤੇ ਆਹ ਮੇਰੀ ਸ਼ਕਲ ਤੁਸੀਂ ਵੇਖ ਸਕਦੇ ਹੋ ਆਉਂਦਿਆਂ ਆਉਂਦਿਆਂ ਕੀ ਆ, ਪਹੁੰਚ ਗਏ ਜੀ ਅਸੀਂ ਘਰ, ਦੱਸਦੀਆਂ ਘਰ ਅਸੀਂ ਪਹੁੰਚ ਗਏ ਹਾਂ। ਦੁੱਧ ਨੂੰ ਬਾਲਾ ਦਵਾ ਰਹੀ ਹਾਂ, ਸਮਾਨ ਸਾਡਾ ਉੱਥੇ ਪਿਆ, ਪਲੀਜ਼ ਸਮਾਨ ਦਿਖਾਇਆ ਜਾਵੇ ਸਾਡਾ। ਇਹਨੂੰ ਸੈਟ ਹੁੰਦੇ ਨੂੰ 2 ਦਿਨ ਲੱਗ ਜਾਂਦੇ ਹੁੰਦੇ, 2 ਦਿਨ ਹੀ, ਮਤਲਬ ਕੱਲ੍ਹ ਦਾ ਦਿਨ ਲੱਗੂਗਾ ਮੈਨੂੰ ਸੈਟ ਹੁੰਦੀ ਨੂੰ, 2 ਦਿਨ ਲੱਗੂਗਾ, ਗਰਮੀ ਬਹੁਤ ਹੈ, 10 ਵੱਜ ਗਏ ਆ। ਗੁੱਡ ਨਾਈਟ, ਸਵੀਟ ਡ੍ਰੀਮਸ, ਲਾਈਕ ਸ਼ੇਅਰ ਸਬਸਕ੍ਰਾਈਬ ਫੋਰ ਹੋਰ ਵਲੌਗਸ।